ਜੁੱਡੂ ਚੈਂਪੀਅਨ ਬਣਨ ਤੋਂ ਲੈ ਕੇ ਗਾਇਕੀ ਤੱਕ ਦਾ ਸਫ਼ਰ ਮੌਤ ਦੇ ਮੂੰਹ ਵਿੱਚੋਂ ਨਿਕਲ ਕੇ ਦਰਸ਼ਕਾਂ ਦੇ ਰੂਬਰੂ ਹੋਣ ਤੱਕ ਦਾ ਦੁਬਾਰਾ ਦਾ ਸਫ਼ਰ ਸਾਸ਼ਟ੍ਰੀਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਬੀਲ ਯੂਐਸਟੀਵੀ ਮੈਂ ਗੱਲ ਕਰ ਰਹੀ ਹਾਂ ਗੁਰਦਾਸ ਮਾਨ ਹੁਣਾਂ ਦੀ ਤੇ ਮੈਂ ਹਾਂ ਜੀ ਬਰਨਕਾਰ ਮਾਨ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਕੁਝ ਖਾਸ ਉਹਨਾਂ ਦੇ ਨਾਲ ਜੁੜੀਆਂ ਗੱਲਾਂ ਲੈ ਕੇ ਮੈਂ ਹਾਜ਼ਰ ਹਾਂ ਪੰਜਾਬੀਆਂ ਦਾ ਮਾਣ ਗੁਰਦਾਸ ਮਾਨ ਕਿਸੇ ਜਾਨ ਪਹਿਚਾਨ ਦਾ ਵਹਤਾਜ ਨਹੀਂ ਉਹਨਾਂ ਦੀ ਗਾਇਕੀ ਦਾ ਜਲਵਾ ਨਾ ਕੇਵਲ ਪੰਜਾਬੀ ਬਲਕਿ ਹਿੰਦੀ ਸਿਨੇਮਾ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਦੱਸ ਦਿੰਦੇ ਹਾਂ ਕਿ ਕਲਾਕਾਰ ਆਪਣਾ 67ਵਾਂ ਜਨਮ ਦਿਨ ਮਨਾ ਰਹੇ ਨੇ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਦੇ ਜਨਮ ਦਿਨ ਦੀ ਜਿਹੜੀ ਧੂਮ ਬੱਚੀ ਹੋਈ ਹੈ ਕਿਉਂਕਿ ਕਦੇ ਕਿਤੇ ਸਵੇਰ ਕਿਸੇ ਤਰੀਕ ਦੀ ਚੜ ਰਹੀ ਹੈ ਤੇ ਕਦੇ ਕਿਤੇ ਸਵੇਰ ਕਿਸੇ ਤਰੀਕ ਦੀ ਤੇ ਇਹਨਾਂ ਦੀ ਜਨਮ ਤਾਰੀਖ ਜਿਹੜੀ ਹੈ ਹੁਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਸ ਨੂੰ ਮਨਾਇਆ ਜਾ ਰਿਹਾ ਤੇ ਗੁਰਦਾਸ ਸੋਸ਼ਲ ਮੀਡੀਆ ਦੇ ذریعے ਕੋਈ ਪ੍ਰੋਗਰਾਮ ਕਿਸੇ ਵੀ ਵੇਲੇ ਵੀ ਕਿੰਨੀ ਤਰੀਖ ਨੂੰ ਦੇਖੇ ਜਾ ਸਕਦੇ ਨੇ ਜੀ ਹਾਂ ਗੁਰਦਾਸ ਮਾਨ ਹੁਣਾਂ ਦਾ ਜਨਮ ਦਿਨ ਇਸ ਖਾਸ ਮੌਕੇ ਤੇ ਇੰਡਸਟਰੀ ਦੇ ਕਈ ਸਾਰੇ ਜਿਹੜੇ ਸਿਤਾਰੇ ਅਤੇ ਪ੍ਰਸ਼ੰਸਕ ਜਿਹੜੇ ਨੇ ਗੁਰਦਾਸ ਮਾਨ ਹੁਣਾਂ ਨੂੰ ਵਧਾਈਆਂ ਦਿੰਦੇ ਨਜ਼ਰ ਆਏ ਗੁਰਦਾਸ ਮਾਨ ਹੁਣਾਂ ਦੇ ਨਾਲ ਜੁੜੀਆਂ ਕਈ ਅਜਈਆਂ ਗੱਲਾਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਤੋਂ ਸ਼ਾਇਦ ਤੁਸੀਂ ਅਣਜਾਣ ਹੋਵੋਗੇ ਦੱਸ ਦਿੰਦੇ ਹਾਂ ਕਿ ਪੰਜਾਬੀ ਗਾਇਕ ਗੁਰਦਾਸ ਮਾਨ ਹੁਣਾਂ ਦਾ ਜਨਮ 4 ਜਨਵਰੀ 1957 ਨੂੰ ਪੰਜਾਬ ਦੇ ਮੁਕਤਰ ਸਾਹਿਬ ਦੇ ਗਿੱਦੜਵਾਹਾ ਚੋਇਆ ਹਾਂ ਹਾਂ ਗਿੱਦੜਵਾਹਾ ਦੀ ਗੱਲ ਤਾਂ ਸਾਰੀ ਦੁਨੀਆ ਜਾਣਦੀ ਹੈ ਕਿ ਗੁਰਦਾਸ ਮਾਨ ਹੋਣਾ ਦਾ ਜਨਮ ਇੱਥੇ ਹੋਇਆ ਪਰ ਹੋਰ ਵੀ ਕਈ ਸਾਰੀਆਂ ਅਣਗਿਣਤ ਗੱਲਾਂ ਜਿਹੜੀਆਂ ਨੇ ਮੇਰੇ ਕੋਲ ਨੇ ਅਣਸੁਣੇ ਕਿਸੇ ਉਹਨਾਂ ਦੀ ਜ਼ਿੰਦਗੀ ਦੇ ਮੇਰੇ ਕੋਲ ਨੇ ਕਲਾਕਾਰ ਨੂੰ ਆਪਣੀ ਗਾਇਕੀ ਕਰਕੇ ਸਾਲ 2010 ਦੇ ਵਿੱਚ ਬ੍ਰਿਟੇਨ ਦੇ ਵਾਲਹੈਂਟਨ ਯੂਨੀਵਰਸਿਟੀ ਨੇ ਉਹਨਾਂ ਨੂੰ ਵਿਸ਼ੇਸ਼ ਸੰਗੀਤ ਦੇ ਵਿੱਚ ਡਾਕਟੋਰੇਟ ਦੀ ਉਪਾਦੀ ਦੇ ਨਾਲ ਸਨਮਾਨਿਤ ਕੀਤਾ ਉਹਨਾਂ ਦੀ ਇਸ ਉਪਲਬਧੀ ਨੇ ਨਾ ਕੇਵਲ ਪਰਿਵਾਰ ਸਗੋਂ ਉਹਨਾਂ ਦੇ ਚਹੁੜ ਵਾਲਿਆਂ ਦੇ ਦਿਲ ਵਿੱਚ ਉਹਨਾਂ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਨੂੰ ਹੋਰ ਪਰਤ ਦਿੱਤਾ ਗੁਰਦਾਸ ਮਾਨ ਹੋਣਾਂ ਦੀ ਤਰੱਕੀ ਦਾ ਸਿਲਤਲਾ ਲਗਾਤਾਰ ਚੱਲ ਰਿਹਾ ਬਾਅਦ ਵਿੱਚ ਉਹਨਾਂ ਨੂੰ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੀ 36ਵੀਂ ਕਨਵੋਕੇਸ਼ਨ 'ਚ ਰਾਜਪਾਲ ਹੋਣਾਂ ਨੇ ਉਹਨਾਂ ਨੂੰ ਡਾਕਟਰ ਆਫ ਲਿਟਰੇਚਰ ਦੀ ਉਪਾਦੀ ਨਾਲ ਸਨਮਾਨਿਤ ਕੀਤਾ ਮਾਨਸਾ ਦਾ ਸਾਲ 1980 'ਚ ਆਇਆ ਗੀਤ ਦਿਲ ਦਾ ਮਾਮਲਾ ਹੈ ਸੁਪਰ ਹਿੱਟ ਹੋਇਆ ਇਸ ਗਾਣੇ ਨਾਲ ਹੀ ਉਹਨਾਂ ਨੂੰ ਵਿਸ਼ੇਪ ਪੰਦਰ ਤੇ ਪਛਾਣ ਮਿਲੀ ਹੈ ਉਹਨਾਂ ਦੀ ਜਿਹੜੀ ਪ੍ਰਸਿੱਧੀ ਹੈ ਉਹ ਲਗਾਤਾਰ ਇਸ ਗਾਣੇ ਤੋਂ ਬਾਅਦ ਬਦਲਣ ਲੱਗੀ ਫਿਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਗੁਰਦਾਸ ਮਾਨ ਨੂੰ ਮਾਰਸ਼ਲ ਆਰਟਸ ਦੇ ਵਿੱਚ ਵੀ ਮਹਾਰਤ ਹਾਸਲ ਹੈ ਇਸ ਕਲ ਤੋਂ ਸ਼ਾਇਦ ਬਹੁਤ ਸਾਰੇ ਲੋਕ ਅਣਜਾਣ ਹੋਣਗੇ ਪਰ ਬਹੁਤ ਸਾਰੇ ਲੋਕਾਂ ਨੂੰ ਇਸ ਕਲ ਦਾ ਪਤਾ ਵੀ ਹੈ ਗੁਰਦਾਸ ਮਾਨ ਜਿੱਥੇ ਗਾਇਕੀ ਦੇ ਖੇਤਰ ਚ ਸਰਗਰਮ ਰਹੇ ਉੱਥੇ ਹੀ ਮਾਰਸ਼ਲ ਆਰਟਸ ਦੇ ਵਿੱਚ ਉਹਨਾਂ ਨੂੰ ਮਹਾਰਤ ਹਾਸਲ ਹੋਈ ਕਲਾਕਾਰ ਨੇ ਜੁੱਡੋ ਦੇ ਵਿੱਚ ਬਲੈਕ ਬੈਲਟ ਜਿੱਤੀ ਹੋਈ ਹੈ ਗਾਇਕੀ ਨੂੰ ਬਤੌਰ ਬੈਸਟ ਪਲੇਬੈਕ ਸਿੰਗਰ ਨੈਸ਼ਨਲ ਫਿਲਮ ਅਵਾਰਡ ਵੀ ਮਿਲ ਚੁੱਕਿਆ ਉਹਨਾਂ ਦੀ ਜੀ ਹਾਂ ਗੁਰਦਾਸ ਮਾਨ ਹੋਣਾ ਨੇ ਐਜ਼ ਅ ਸਿੰਗਰ ਬੈਸਟ ਪਲੇਬੈਕ ਸਿੰਗਰ ਨੈਸ਼ਨਲ ਫਿਲਮ ਅਵਾਰਡ ਹਾਸਲ ਕੀਤਾ ਹੋਇਆ ਏ 10 ਸਾਲ 2001 ਗੁਰਦਾਸ ਮਾਨ ਹੋਣਾ ਦੇ ਲਈ ਬਹੁਤ ਮੁਸ਼ਕਿਲ ਪਰਿਆ ਰਿਹਾ ਅ ਤਰਸਲ ਰੋਪੜ ਦੇ ਕੋਲ ਇੱਕ ਸੜਕ ਖਾਸ ਦੇ ਵਿੱਚ ਗੁਰਦਾਸ ਮਾਨ ਬਾਲ ਬਾਲ ਪਚੇ ਪਰ ਹਾਦਸੇ 'ਚ ਉਹਨਾਂ ਦੇ ਡਰਾਈਵਰ ਤੇਜਪਾਲ ਸਿੰਘ ਦੀ ਮੌਤ ਹੋ ਗਈ। ਮਾਨ ਡਰਾਈਵਰ ਨੂੰ ਆਪਣਾ ਚੰਗਾ ਦੋਸਤ ਵੀ ਸਮਝਦੇ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਗੁਰਦਾਸ ਮਾਨ ਹੋਣਾ ਨੇ ਆਪਣੇ ਗੀਤਾਂ 'ਚ ਹਮੇਸ਼ਾ ਕੋਈ ਨਾ ਕੋਈ ਸੁਨੇਹਾ ਸਮਾਜ ਨੂੰ ਦਿੱਤਾ ਹੈ। ਲੱਖ ਪਰਦੇਸੀ ਹੋਈਏ 'ਚ ਉਹਨਾਂ ਨੇ ਜਿੱਥੇ ਆਪਣੇ ਦੇਸ਼ ਪ੍ਰਤੀ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ, ਕੀ ਬਣੂ ਦੁਨੀਆ ਦਾ ਗੀਤ ਵਿੱਚ ਉਹਨਾਂ ਨੇ ਆਧੁਨਿਕ ਕਰਨ ਦੇ ਵਹਿਣ 'ਚ ਬੰਦੇ ਨੌਜਵਾਨਾਂ ਦੀ ਗੱਲ ਕੀਤੀ ਉਹਨਾਂ ਦਾ ਹਰ ਗੀਤ ਸਮਾਜ ਦੀ ਅਸਲ ਜ਼ਿੰਦਗੀ ਨੂੰ ਪਰਦੇ ਉੱਪਰ ਉਕੇਰਦਾ ਰਿਹਾ 80 90 ਦੇ ਦਹਾਕਿਆਂ ਚ ਗੁਰਦਾਸ ਮਾਨ ਵਰਗੇ ਗਾਇਕਾਂ ਨੇ ਪੰਜਾਬੀ ਗਾਇਕੀ ਨੂੰ ਹੀ ਨਹੀਂ ਸਗੋਂ ਪੰਜਾਬੀ ਫਿਲਮ ਇੰਡਸਟਰੀ ਨੂੰ ਵੀ ਨਵਾਂ ਟਰੈਂਡ ਦਿੱਤਾ ਇਹਨਾਂ ਦੇ 80 90 ਦਹਾਕਿਆਂ ਚ ਗਾਏ ਗੀਤਾਂ ਨੂੰ ਨੌਜਵਾਨ ਅੱਜ ਵੀ ਉਤਸ਼ਾਹ ਦੇ ਨਾਲ ਸੁਣਦੇ ਨੇ ਗੁਰਦਾਸ ਮਾਨ ਹੁਣਾਂ ਨੇ ਆਪਣੇ ਕੈਰੀਅਰ ਚ ਕੁੱਲ 34 ਐਲਬਮਾਂ ਜਾਂ ਉਸ ਤੋਂ ਵੀ ਵੱਧ ਸੈਂਕੜੇ ਗੀਤ ਗਾਏ। ਉਹਨਾਂ ਦਾ ਲਗਭਗ ਹਰ ਗੀਤ ਸੁਪਰ ਹਿੱਟ ਰਿਹਾ। 1980 ਚ ਦਿਲ ਦਾ ਮਾਮਲਾ ਹੈ ਗੀਤ ਨੇ ਉਹਨਾਂ ਨੂੰ ਪੰਜਾਬੀ ਇੰਡਸਟਰੀ ਚ ਸਟਾਰ ਵਜੋਂ ਕਾਬਜ਼ ਕੀਤਾ। ਉਹਨਾਂ ਨੇ ਆਪਣੇ ਹੁਣ ਤੱਕ ਦੇ ਕੈਰੀਅਰ ਦੇ ਵਿੱਚ 300 ਤੋਂ ਵੱਧ ਗੀਤ ਲਿਖੇ ਨੇ। ਇਹੀ ਨਹੀਂ ਉਹਨਾਂ ਦੇ ਕਈ ਦਰਜਨ ਫਿਲਮਾਂ ਦੇ ਜਿਹੜੇ ਗੀਤ ਨੇ ਉਹ ਵੀ ਹਿੱਟ ਰਏ ਤੇ ਉਹਨਾਂ ਨੇ ਕਈ ਦਰਜਨ ਫਿਲਮਾਂ ਚ ਕੰਮ ਕੀਤਾ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗੀਤ ਸੰਗੀਤ ਅਤੇ ਅਦਾਕਾਰੀ ਦੀ ਦੁਨੀਆ 'ਚ ਆਪਣੀ ਪ੍ਰਤਿਬਾ ਦਾ ਲੋਹਾ ਮਨਵਾਉਣ ਵਾਲੇ ਗੁਰਦਾਸ ਮਾਨ ਕਦੇ ਪੰਜਾਬ ਬਿਜਲੀ ਬੋਰਡ ਦੇ ਵਿੱਚ ਨਿੱਕੀ ਜਿਹੀ ਨੌਕਰੀ ਕਰਦੇ ਸੀ। ਸਾਲ 1980 'ਚ ਕਿਸੇ ਨੇ ਉਹਨਾਂ ਨੂੰ ਸਟੇਜ 'ਤੇ ਲਾਈਵ ਦਿਲ ਦਾ ਮਾਮਲਾ ਗਾਉਂਦੇ ਹੋਏ ਦੇਖ ਲਿਆ ਅਤੇ ਦੂਰਦਰਸ਼ਨ ਦੇ ਵਿੱਚ ਗਾਣਾ ਗਾਉਣ ਦੇ ਲਈ ਬੁਲਾਇਆ ਦੂਰਦਰਸ਼ਨ ਤੇ ਜਿਵੇਂ ਹੀ ਗੀਤ ਦਿਲ ਦਾ ਮਾਮਲਾ ਹੈ ਆਉਂਦਾ ਤਾਂ ਗੁਰਦਾਸ ਮਾਨ ਰਾਤੋਂ ਰਾਤ ਸੁਪਰਸਟਾਰ ਬਣ ਜਾਂਦੇ ਨੇ ਉਸ ਸਮੇਂ ਉਹਨਾਂ ਦੀ ਉਮਰ ਕੇਵਲ 23 ਸਾਲ ਸੀ ਰਾਤੋਂ ਰਾਤ ਸੁਪਰਸਟਾਰ ਬਣੇ ਗੁਰਦਾਸ ਮਾਨ ਹੁਣਾਂ ਦੇ ਕਈ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ਦੇ ਜੀ ਹਾਂ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਆਪਣਾ ਪੰਜਾਬ ਹੋਵੇ ਛੱਲਾ ਤੇ ਉਹਨਾਂ ਦਾ ਸਭ ਤੋਂ ਮਸ਼ਹੂਰ ਕੀਤਾ ਉਹ ਹੁਣ ਤੱਕ ਕਈ ਗੀਤ ਲਿਖੇ ਉਹਨਾਂ ਨੇ ਤੇ ਉਹਨਾਂ ਦੇ ਕਈ ਲਿਖੇ ਹੋਏ ਗੀਤ ਲੋਕਾਂ ਦੀ ਜ਼ੁਬਾਨ ਤੇ ਚੜੇ ਅਸੀਂ ਗੁਰਦਾਸ ਮਾਨ ਉਹਨਾਂ ਨੂੰ ਹਿੰਦੀ ਅਤੇ ਪੰਜਾਬੀ ਦੇ ਵਿੱਚ ਗਾਉਂਦੇ ਹੋਏ ਸੁਣਿਆ ਪਰ ਕੀ ਤੁਸੀਂ ਜਾਣਦੇ ਹੋ ਕਿ ਹੋਰ ਭਾਸ਼ਾਵਾਂ ਦੇ ਵਿੱਚ ਵੀ ਉਹੋ ਗਾਣਾ ਗਾ ਸਕਦੇ ਨੇ ਜੀ ਹਾਂ ਮਾਨਿਕ ਜਾਂ ਦੋ ਨਹੀਂ ਸਕੋ ਛੇ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਗਾਣੇ ਗਾ ਸਕਦੇ ਨੇ ਅਸੀਂ ਸਾਰੇ ਹਿੰਦੀ ਅਤੇ ਪੰਜਾਬੀ ਬਾਰੇ ਜਾਣਦੇ ਹਾਂ ਬਾਕੀ ਚਾਰ ਭਾਸ਼ਾਵਾਂ ਦੇ ਵਿੱਚ ਬੰਗਾਲੀ, ਤਾਮਿਲ, ਹਰਿਆਣਵੀ ਅਤੇ ਰਾਜਸਥਾਨੀ ਸ਼ਾਮਿਲ ਨੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਗੁਰਦਾਸ ਮਾਨ ਹੁਣਾ ਦੇ ਕੁਝ ਮਖਬੂਲ ਗੀਤ ਜਿਹਦੇ ਵਿੱਚ ਹੈ ਛੱਲਾ ਬੂਟ ਪਾਲਿਸ਼ਾਂ ਕਰੀਏ ਰੋਟੀ ਹਾਕੀਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ ਕੀਵੜੂ ਦੁਨੀਆ ਦਾ ਸੱਚੇ ਬਾਦਸ਼ਾਹ ਵਾਹਿਗੁਰੂ ਜਾਨੇ ਆਜਾ ਦਿਲ ਦੇ ਵਿੱਚ ਬਸ ਜਾ ਤੂੰ ਆਪਣਾ ਪੰਜਾਬ ਹੋਵੇ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਉਹ ਗਾਣਾ ਜਿਹੜਾ ਹੱਲੇ ਤਾਂ ਹੀ ਲੋਕੀ ਪਸੰਦ ਕਰਦੇ ਨੇ ਲਖ ਪਰਦੇਸੀ ਹੋਈਏ ਤਾਰਾ ਨੀ ਤਾਰਾ ਸਾਡਾ ਦਿਲ ਮੋੜ ਦੇ ਦਿਲ ਸਾਫ਼ ਹੋਣਾ ਚਾਹੀਦਾ ਹੈ ਨਾਲ ਦੇ ਨਾਲ ਉਹਨਾਂ ਦਾ ਵੀ ਗਾਣਾ ਬੜਾ ਮਕਬੂਲ ਹੋਇਆ ਸੀ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਅਗਲਾ ਗਾਣਾ ਤੇਰੇ ਮੇਰੇ ਪਿਆਰ ਦੇ ਤਾਰੇ ਗਵਾ ਨੇ ਭਗਤ ਸਿੰਘ ਹੋਣਾ ਨਾਲ ਸੰਬੰਧਿਤ ਉਹਨਾਂ ਨਾਲ ਜੁੜੇ ਹੋਏ ਜਿਹੜੇ ਗਾਣੇ ਗੁਰਦਾਸ ਮਾਨ ਜੀ ਨੇ ਕੀਤੇ ਉਹ ਕਾਫੀ ਹਿੱਟ ਜਿਹੜੇ ਗਏ ਨੇ ਤੇ ਹਿੱਟ ਗਾਣਿਆਂ ਦੀ ਗੱਲ ਚੱਲ ਰਹੀ ਹੈ ਮਾਮਲਾ ਗੜਵੜ ਹੈ ਇਸ ਗਾਣੇ ਨੂੰ ਮੈਂ ਕਿੱਦਾਂ ਭੁੱਲ ਸਕਦੀ ਹਾਂ ਪਿੰਡ ਦੀਆਂ ਗਲੀਆਂ ਤਾਂ ਕਮਾਲ ਹੈ ਇਹ ਤਾਂ ਗਾਣਾ ਬਹੁਤ ਹਿੱਟ ਹੋਇਆ ਸੀ ਉਹਨਾਂ ਦਾ 1985 ਦੇ ਵਿੱਚ ਉੱਚਾਦਰ ਬਾਬੇ ਨਾਨਕ ਦਾ 1986 ਦੇ ਵਿੱਚ ਲੌਂਗ ਦਾ ਲਿਸ਼ਕਾਰਾ 1986 ਦੇ ਵਿੱਚ ਕੀ ਬਣੂ ਦੁਨੀਆ ਦਾ 1986 ਦੇ ਵਿੱਚ ਗਬਰੂ ਪੰਜਾਬ ਦਾ 1999 ਦੇ ਵਿੱਚ ਸ਼ਹੀਦੇ ਮੁਹੱਬਤ 1999 ਦੇ ਵਿੱਚ ਸਿਰਫ ਤੁਮ 2000 ਦੇ ਵਿੱਚ ਸ਼ਹੀਦ ਉਦਮ ਸਿੰਘ ਕਈ ਸਾਰੀਆਂ ਫਿਲਮਾਂ ਤੇ ਕਈ ਸਾਰੇ ਗੀਤ ਲਗਾਤਾਰ ਕਿਰਤਾਸ ਮਾਨ ਹਿੱਟ ਦਿੰਦੇ ਰਹੇ ਗੁਰਦਾਸ ਮਾਨ ਹੁਣਾਂ ਨੂੰ ਆਪਣੀ ਨਿਮਰਤਾ ਦੇ ਲਈ ਜਾਣਿਆ ਜਾਂਦਾ ਉਹਨਾਂ ਦੀ ਸਤਿਕਾਰਯਤ ਭਾਵਨਾ ਦੇ ਲਈ ਜਾਣਿਆ ਜਾਂਦਾ ਉਹ ਚਾਹੇ ਕਿਸੇ ਬਹੁਤ ਵੱਡੀ ਕੁਰਸੀ ਤੇ ਬੈਠੇ ਹੋਏ ਸ਼ਖਸ ਨੂੰ ਮਿਲਦੇ ਨੇ ਜਾਂ ਕਿਸੇ ਆਮ ਸ਼ਖਸ ਨੂੰ ਮਿਲਦੇ ਨੇ ਤਾਂ ਹਮੇਸ਼ਾ ਹੀ ਉਹ ਬੜੀ ਨਿਮਰਤਾ ਦੇ ਨਾਲ ਮਿਲਦੇ ਨੇ ਗੁਰਦਾਸ ਮਾਨ ਹੁਣਾਂ ਨੇ ਬਾਲੀਵੁੱਡ ਦੇ ਵਿੱਚ ਬੱਪੀ ਲੈਰੀ ਅਨੁਮਲਿਕ ਨਦੀਮ ਸ਼ਰਵਨ ਜਿਹੜੇ ਨੇ ਲਗਾਤਾਰ ਉਹਨਾਂ ਦੇ ਨਾਲ ਕੰਮ ਕੀਤਾ ਹੈ ਸ਼ਾਹਰੁਖ ਖਾਨ ਪ੍ਰੈਜ਼ੀਡੈਂਟਾ ਦੇ ਨਾਲ ਵੀਰਦਾਰਾ ਦੇ ਵਿੱਚ ਵੀ ਉਹ ਕੰਮ ਕਰ ਚੁੱਕੇ ਨੇ ਔਰ ਲਗਾਤਾਰ ਬਾਲੀਵੁੱਡ ਦੇ ਵਿੱਚ ਅਕਸਰ ਗੁਰਦਾਸ ਮਾਨ ਹੋਣਾ ਦੇ ਕਈ ਦਿਵਾਨੇ ਸਾਨੂੰ ਨਜ਼ਰ ਆਉਂਦੇ ਨੇ ਇਸ ਦੇ ਨਾਲ ਨਾਲ ਗੁਰਦਾਸ ਮਾਨ ਕਈ ਵਾਰ ਵਿਵਾਦਾਂ ਦੇ ਵਿੱਚ ਵੀ गिरਦੇ ਨਜ਼ਰ ਆਏ ਜੀ ਹਾਂ ਉਹਨਾਂ ਨੇ ਇੱਕ ਵਾਰ ਕੀ ਕੀਤਾ ਸੀਗਾ ਕਿ ਜਦੋਂ ਉਹ ਸੁਰਖੀਆਂ ਦੇ ਵਿੱਚ ਬਣੇ ਜਦੋਂ ਲੋਕਾਂ ਦੇ ਵੱਲੋਂ ਉਹਨਾਂ ਦੀ ਆਲੋਚਨਾ ਕੀਤੀ ਗਈ ਉਦੋਂ ਕੀ ਹੋਇਆ ਪੂਰੀ ਕਹਾਣੀ ਮੈਂ ਤੁਹਾਨੂੰ ਦੱਸਦੀ ਹਾਂ ਮਾਮਲਾ 2019 ਦਾ ਹੈ ਜਦੋਂ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਮਾਨ ਆਪਣੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਬਿਆਨ ਨੂੰ ਲੈ ਕੇ ਵਿਵਾਦਾਂ 'ਚ ਆ ਗਏ। ਜੀ ਹਾਂ, ਉਸ ਦੌਰਾਨ ਉਹਨਾਂ ਨੇ ਕਿਹਾ ਸੀਗਾ ਕਿ ਦੇਸ਼ ਵਿੱਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ। ਭਾਵੇਂ ਜਿਵੇਂ ਕਿ ਕੋਈ ਉੱਤਰ ਭਾਰਤ ਦਾ ਵਿਅਕਤੀ ਦੱਖਣੀ ਭਾਰਤ ਜਾ ਰਿਹਾ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਆਸਾਨੀ ਹੋਏਗੀ। ਉਹਨਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਹਿ ਦਿੱਤਾ। ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ ਤੇ ਜ਼ਬਰਦਸਤ ਵਿਰੋਧ ਕੀਤਾ ਗਿਆ। ਕਈ ਜਗ੍ਹਾ ਤੇ ਉਹਨਾਂ ਦਾ ਬਾਈਕਾਟ ਵੀ ਕੀਤਾ ਗਿਆ। ਇੱਕ ਵਾਰ ਗੁਰਦਾਸ ਮਾਨ ਹੁਣਾ ਨੇ ਕਿਸੇ ਸਟੇਜ ਦੇ ਉੱਤੇ ਪਰਫਾਰਮ ਕੀਤਾ ਸੀ ਉਸ ਦੌਰਾਨ ਉੱਥੇ ਉਹਨਾਂ ਨੂੰ ਇੱਕ ਕੋਈ ਜਿਹੜਾ ਦਿਵਿਆਂਗ ਵਿਅਕਤੀ ਮਿਲਿਆ ਤੇ ਉਹਨਾਂ ਨੇ ਜਿੰਨੇ ਪੈਸੇ ਇਕੱਠੇ ਹੋਏ ਸੀ ਗੁਰਦਾਸ ਮਾਨ ਹੁਣਾ ਦੇ ਉੱਤੋਂ ਜਿੰਨੇ ਪੈਸੇ ਬਾਰੇ ਗਏ ਸੀ ਸਾਰੇ ਪੈਸੇ ਉਸ ਇਨਸਾਨ ਨੂੰ ਦੇ ਦਿੱਤੇ ਜਿਸ ਤੋਂ ਬਾਅਦ ਗੁਰਦਾਸ ਮਾਨ ਹੁਣਾ ਦੀ ਜ਼ਿੰਦਾਦਿਲੀ ਦੇਖ ਕੇ ਸਾਰਿਆਂ ਨੇ ਉਹਨਾਂ ਦੀ ਖੂਬ ਤਾਰੀਫ਼ ਕੀਤੀ ਸੀ ਇੱਕ ਹੋਰ ਕਿੱਸਾ ਤੁਹਾਡੇ ਨਾਲ ਸਾਂਝਾ ਕਰਦੀਆਂ ਇੱਕ ਵਾਰ ਗੁਰਦਾਸ ਮਾਨ ਹੋਣੀ ਕੋਈ ਪ੍ਰੈਸ ਕਾਨਫਰੈਂਸ ਕਰਕੇ ਬਾਹਰ ਆ ਰਹੇ ਸੀ ਉੱਥੇ ਉਹਨਾਂ ਨੂੰ ਕੋਈ ਸ਼ਖਸ ਮਿਲਿਆ ਜਿਸਦੇ ਕੱਪੜੇ ਵੀ ਮੈਲੇ ਸੀ ਤੇ ਉਹਨੂੰ ਜਦੋਂ ਦੇਖਿਆ ਗੁਰਦਾਸ ਮਾਨ ਹੋਣਾ ਨੇ ਤੇ ਪੁੱਛਿਆ ਤੁਸੀਂ ਕਿਵੇਂ ਆਇਓ ਤੇ ਉਹ ਕਹਿਣ ਲੱਗੇ ਕਿ ਮੈਂ ਤਾਂ ਕਿਸੇ ਤੋਂ ਲਿਫਟ ਲੈ ਕੇ ਆਇਆ ਮੈਂ ਤਾਂ ਬਹੁਤ ਗਰੀਬਾਂ ਮੈਂ ਤਾਂ ਕੇਵਲ ਤੁਹਾਨੂੰ ਮਿਲਣ ਆਇਆ ਤੇ ਉਹਦਾ ਗੁਰਦਾਸ ਮਾਨ ਹੋਣਾ ਨੇ ਪੈਰੀ ਹੱਥ ਲਾਇਆ ਸੀ ਉਹਨਾਂ ਦੇ ਕਿਉਂਕਿ ਉਹ ਪੈਦਲ ਤੁਰੇ ਆ ਰਹੇ ਸੀ ਤੇ ਕਿਸੇ ਨੇ ਲਿਫਟ ਮਿਹੜੀ ਗੁਰਦਾਸ ਮਾਨ ਤੱਕ ਪਹੁੰਚਣ ਦੇ ਲਈ ਤੇ ਉਹਨਾਂ ਨੇ ਲਿਫਟ ਲਈ ਫਿਰ ਗੁਰਦਾਸ ਮਾਨ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਤੇ ਗੁਰਦਾਸ ਮਾਨ ਹੋਣਾ ਨੇ ਉਹਨਾਂ ਨੂੰ ਖੂਬ ਪਿਆਰ ਕੀਤਾ ਕੁਝ ਦਿਲਚਸਪ ਗੱਲਾਂ ਮੈਂ ਗੁਰਦਾਸ ਮਾਨ ਹੋਣਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕੁਝ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਪਰ ਕੁਝ ਹੋ ਸਕਦਾ ਜਾਣਕਾਰੀ ਪਹਿਲਾਂ ਵੀ ਤੁਹਾਨੂੰ ਪਤਾ ਹੋਵੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਰੇ ਹੈ ਕਿ ਦਿਲਚਸਪ ਗੱਲਾਂ ਜਿਹੜੀਆਂ ਹੁੰਦੀਆਂ ਨੇ ਕਿਸੇ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਜਾਂ ਕੋਈ ਸਟਾਰ ਜਿਹੜਾ ਬਹੁਤ ਵੱਡੇ ਮੁਕਾਮ ਤੇ ਪਹੁੰਚ ਗਿਆ ਹੁੰਦਾ ਉਸਦੇ ਜੀਵਨ ਤੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲ ਜਾਂਦਾ ਪਰ ਇੱਕ ਜਾਣਕਾਰੀ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਆ ਕਿ ਸਾਡਾ YouTube ਚੈਨਲ ਹੈ ਪੰਜਾਬ ਮੇਲ USATV ਸਾਡਾ Facebook ਪੇਜ ਹੈ ਪੰਜਾਬ ਮੇਲ USATV ਉਹਨਾਂ ਨੂੰ ਸਬਸਕ੍ਰਾਈਬ ਤੇ ਲਾਈਕ ਕਰਦੇ ਹੋ ਜੀ ਬਰਨਕੌਰ ਮਾਨ ਨੂੰ ਦਿਓ ਆਗਿਆ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ ਜਾਣਕੀ ਗੁਰਦਾਸ ਮਾਨ ਸਟਰਡੇ ਸਪੈਸ਼ਲ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਸ਼ੁਕਰੀਆ ਸਤ ਸ੍ਰੀ ਅਕਾਲ